ਹਾਂਜੀ, ਕਿੱਦਾਂ ਸਾਰੇ ਜੀ? ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਆਈ ਹੋਪ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਜੀ। ਅਤੇ ਆਪਣੇ ਭਰਾਵਾਂ ਦੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਸੀ ਕਿ ਭਾਅ ਜੀ ਕੀ ਕੰਮ ਕਰਦੇ ਆ ਤੁਸੀਂ ਕਰੋਸ਼ੀਆ ਜੈਗਰੇਵ ਦੇ ਵਿੱਚ, ਸਾਨੂੰ ਵੀ ਦੱਸੋ ਜੀ। ਅਤੇ ਲਓ ਜੀ, ਤੁਹਾਨੂੰ ਦੱਸਦੇ ਆਪਾਂ ਅੱਜ ਕੀ ਕੰਮ ਕਰਦੇ ਹਾਂ। ਵੈਸੇ ਤਾਂ ਯੂਨੀਫਾਰਮ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਆ ਕਿ ਮੇਰਾ ਕੀ ਕੰਮ ਆ ਇੱਥੇ। ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੇਰਾ ਜਿਹੜਾ ਕੰਮ ਆ ਹੈਗਾ ਵੋਲਟ ਡਿਲੀਵਰੀ ਦੇ ਵਿੱਚ, ਵੋਲਟ ਫੂਡ ਡਿਲੀਵਰੀ 'ਚ ਆਪਾਂ ਕੰਮ ਕਰਦੇ ਹਾਂ ਜੀ। ਅਤੇ ਉਹਦਾ ਸਾਰਾ ਤੁਹਾਨੂੰ ਡਿਟੇਲ 'ਚ ਦੱਸਦੇ ਆ ਜੀ, ਕੀ ਪ੍ਰੋਸੈਸ ਆ, ਕੀ ਪੇਮੈਂਟ ਮਿਲਦੀ ਆ, ਕਿੱਦਾਂ ਇਹਦੇ 'ਚ ਇਨਕਮ ਹੁੰਦੀ ਆ, ਸਾਰਾ ਦੱਸਾਂਗੇ ਤੁਹਾਨੂੰ ਜੀ। ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਮੈਂ ਕੰਮ ਕਰਦਾ ਆ ਜੀ ਵੋਲਟ ਫੂਡ ਡਿਲੀਵਰੀ ਦੇ ਵਿੱਚ। ਅਤੇ ਬਹੁਤ ਸਾਰੇ ਮੇਰੇ ਭਰਾ ਆ ਪੁੱਛਦੇ ਸੀ ਭਾਅ ਜੀ ਤੁਸੀਂ ਕੀ ਕੰਮ ਕਰਦੇ ਆ, ਕੀ ਕੰਮ ਕਰਦੇ ਆ। ਤੁਹਾਨੂੰ ਦੱਸਾਂਗਾ ਕਿ ਮੈਂ ਕੀ ਕੰਮ ਕਰਦਾ ਆ, ਸਾਰਾ ਪ੍ਰੋਸੈਸ ਤੁਹਾਨੂੰ ਦੱਸਦਾ ਇਹਦੇ ਵਿੱਚ ਕੀ ਹੁੰਦਾ ਆ, ਅਰਨਿੰਗ ਕਿੱਦਾਂ ਹੁੰਦੀ ਹੈ, ਅਰਨਿੰਗ ਕਿੱਦਾਂ ਹੁੰਦੀ ਹੈ, ਕਮਿਸ਼ਨ ਬੇਸ ਕੀ ਹੁੰਦਾ ਆ, ਸੈਲਰੀ ਬੇਸ ਕੀ ਹੁੰਦਾ ਆ, ਸਾਰਾ ਤੁਹਾਨੂੰ ਦੱਸਾਂਗਾ। ਦੇਖੋ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਕਿ ਵਹੀਕਲ ਕਿ ਤੁਹਾਨੂੰ ਮਿਲਦਾ ਕੀ ਇਹਦੇ ਵਿੱਚ ਚਲਾਉਣ ਵਾਸਤੇ। ਕੰਪਨੀ ਕੋਲ ਕੀ ਹੁੰਦਾ ਹੈ ਕਿ ਬੈਟਰੀ ਵਾਲੇ ਸਾਈਕਲ ਵੀ ਹੁੰਦੇ ਆ, ਇਲੈਕਟ੍ਰਿਕ ਸਕੂਟਰੀ ਵੀ ਹੁੰਦੀ ਆ, ਅਤੇ ਪੈਟਰੋਲ ਵਾਲੀ ਸਕੂਟਰੀ ਵੀ ਹੁੰਦੀ ਆ। ਇਹਨਾਂ ਸਾਰਿਆਂ ਦਾ ਰੈਂਟ ਜਿਹੜਾ ਅਲੱਗ ਅਲੱਗ ਹੁੰਦਾ ਆ। ਜਿਹੜੀ ਤਾਂ ਬਾਈਸਾਈਕਲ ਹੁੰਦੀ ਆ ਬੈਟਰੀ ਵਾਲੀ, ਉਹਦਾ ਰੈਂਟ ਹੁੰਦਾ ਆ 240 ਰੁਪਏ, 240 ਯੂਰੋ ਪਰ ਮੰਥ। ਉਹਦੇ ਨਾਲ ਦੋ ਬੈਟਰੀਆਂ ਮਿਲਦੀਆਂ ਆ। ਜੇ ਇੱਕ ਬੈਟਰੀ ਲੈਣੀ ਹੈ ਤਾਂ ਫਿਰ 200 ਯੂਰੋ, ਜੇ ਦੋ ਬੈਟਰੀਆਂ ਲੈਣੀਆਂ ਤਾਂ 240 ਯੂਰੋ। ਅਤੇ ਫਿਰ ਮਿਲਦੀ ਹੈ ਜੀ ਉਸ ਤੋਂ ਬਾਅਦ ਇਲੈਕਟ੍ਰਿਕ ਸਕੂਟਰੀ, ਉਹਦਾ ਰੈਂਟ ਹੁੰਦਾ ਆ ਦੋ ਬੈਟਰੀਆਂ ਦੇ ਨਾਲ 300 ਯੂਰੋ। ਸਾਡੀ ਕੰਪਨੀ ਜਿੱਦਾਂ ਆ, ਬਾਕੀ ਮੈਨੂੰ ਪਤਾ ਨਹੀਂ ਹੋਰ ਕੰਪਨੀ ਦਾ ਕੀ ਸਿਸਟਮ ਆ। ਅਤੇ ਪੈਟਰੋਲ ਵਾਲੀ ਸਕੂਟਰੀ ਹੈ, ਉਹਦਾ ਰੈਂਟ ਦਾ ਹਜੇ ਫਿਲਹਾਲ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਯੂਜ਼ ਨਹੀਂ ਕੀਤੀ ਉਹ। ਮੈਂ ਬਾਈਸਾਈਕਲ ਅਤੇ ਇਲੈਕਟ੍ਰਿਕ ਸਕੂਟਰੀ ਯੂਜ਼ ਕੀਤੀ ਆ, ਹੁਣ ਮੇਰੇ ਕੋਲ ਇਲੈਕਟ੍ਰਿਕ ਸਕੂਟਰੀ ਆ। ਅਤੇ ਪੈਟਰੋਲ ਵਾਲੀ ਦਾ ਦੋ ਤਰ੍ਹਾਂ ਦੀਆਂ ਕੰਡੀਸ਼ਨਸ ਹੁੰਦੀਆਂ ਉਹਦੇ ਵਿੱਚ। ਇੱਕ ਤਾਂ ਜੇ ਪੈਟਰੋਲ ਆਪਣਾ ਆ, ਜਿਹੜਾ ਤੁਸੀਂ ਆਪ ਪੈਟਰੋਲ ਪਵਾ ਰਹੇ ਹੋ ਫਿਰ ਉਹਦਾ ਜਿਹੜਾ ਰੈਂਟ ਘੱਟ ਹੋਏਗਾ, ਅਤੇ ਕਈ ਕੰਪਨੀਆਂ ਪੈਟਰੋਲ ਪ੍ਰੋਵਾਈਡ ਕਰਦੀਆਂ ਲੇਕਿਨ ਰੈਂਟ ਉਹਦਾ ਜ਼ਿਆਦਾ ਹੁੰਦਾ ਆ। ਇਸ ਕਰਕੇ ਉਹ ਡਿਪੈਂਡ ਕਰਦਾ ਕਿ ਤੁਹਾਡੀ ਕੰਪਨੀ ਨਾਲ ਤੁਹਾਡਾ ਕੀ ਐਗਰੀਮੈਂਟ ਹੋਇਆ ਆ। ਕੰਪਨੀ ਵੱਲੋਂ ਤੁਹਾਨੂੰ ਜਿਹੜੀ ਆ ਕਿੱਟ ਮਿਲਦੀ ਆ ਪੂਰੀ, ਹੈਲਮੈਂਟ ਮਿਲਦਾ ਆ, ਬੈਗ ਮਿਲਦਾ ਆ, ਆਹ ਜਿਹੜੀ ਮੈਂ ਯੂਨੀਫਾਰਮ ਪਾਈ ਹੋਈ ਮਿਲਦੀ ਆ, ਟੀ ਸ਼ਰਟਾਂ ਵਗੈਰਾ ਮਿਲਦੀਆਂ, ਅਤੇ ਨਾਲ ਸਕੂਟਰੀ ਮਿਲਦੀ ਆ ਇਲੈਕਟ੍ਰਿਕ। ਸਾਰਾ ਸਮਾਨ ਜਿਹੜਾ ਆ ਇਹ ਕੰਪਨੀ ਵੱਲੋਂ ਪ੍ਰੋਵਾਈਡਡ ਹੁੰਦਾ ਆ। ਅਤੇ ਹੁਣ ਗੱਲ ਕਰਦੇ ਆ ਕਿ ਇਹਦੇ 'ਚ ਅਰਨਿੰਗ ਕਿੱਦਾਂ ਹੁੰਦੀ ਆ। ਦੇਖੋ ਜੀ, ਇਹਦੇ 'ਚ ਦੋ ਤਰ੍ਹਾਂ ਦੀ ਅਰਨਿੰਗ ਹੁੰਦੀ ਆ। ਇੱਕ ਤਾਂ ਹੁੰਦੀ ਆ ਫਿਕਸ ਸੈਲਰੀ, ਅਤੇ ਇੱਕ ਹੁੰਦੀ ਆ ਕਮਿਸ਼ਨ ਬੇਸ 'ਤੇ। ਜਿਹੜੀ ਫਿਕਸ ਸੈਲਰੀ ਹੁੰਦੀ ਆ ਉਹ 670 ਯੂਰੋ ਹੁੰਦੀ ਆ। ਉਹਦੇ ਵਿੱਚ ਖਾਣਾ ਤੁਹਾਡਾ ਆਪਣਾ ਹੁੰਦਾ ਆ, ਬਾਕੀ ਸਾਰੇ ਜਿਹੜੀ ਆ ਫੈਸਿਲਿਟੀਜ਼ ਕੰਪਨੀ ਵੱਲੋਂ ਹੁੰਦੀ ਆ, ਅਕੋਮੋਡੇਸ਼ਨ ਕੰਪਨੀ ਵੱਲੋਂ ਹੁੰਦੀ ਆ, ਅਤੇ ਰੈਂਟ ਰੂੰਟ 'ਚ ਕੋਈ ਪੇ ਨਹੀਂ ਕਰਨਾ। ਸਕੂਟਰੀ ਸਕਾਟਰੀ ਸਾਈਕਲ ਸੂਕਲ ਜੋ ਮਿਲਣਾ ਸਾਰਾ ਕੰਪਨੀ ਵੱਲੋਂ ਮਿਲਣਾ ਆ। ਫਿਕਸ ਸੈਲਰੀ 670 ਯੂਰੋ ਮਿਲੇਗੀ। ਇੱਕ ਹੁੰਦਾ ਆ ਉਹਦੇ ਵਿੱਚ ਕਮਿਸ਼ਨ ਬੇਸ। ਕਮਿਸ਼ਨ ਬੇਸ ਦੇ ਵਿੱਚ ਕੀ ਹੁੰਦਾ ਆ ਕਿ ਕੰਪਨੀ ਜਿਹੜੀ ਆ ਤੁਹਾਡੇ ਪੈਸੇ ਕੱਟੇਗੀ ਰਿਹਾਇਸ਼ ਦੇ, ਤੁਹਾਡਾ ਟੈਕਸ ਕੱਟੇਗੀ, ਅਤੇ ਤੁਹਾਡਾ ਜਿਹੜਾ ਆ ਮੈਡੀਕਲ ਇੰਸ਼ੋਰੈਂਸ, ਸਿਮ ਕਾਰਡ ਦਾ ਖਰਚਾ, ਅਤੇ ਜੋ ਤੁਹਾਡੇ ਕੋਲ ਸਾਧਨ ਹੈ, ਵਹੀਕਲ ਹੈ, ਸਾਈਕਲ ਸਕੂਟਰੀ ਹੈ, ਜੋ ਵੀ ਉਹਦਾ ਰੈਂਟ ਕੱਟੇਗੀ, ਅਤੇ ਬਾਕੀ ਜੋ ਤੁਹਾਡੀ ਟੋਟਲ ਅਰਨਿੰਗ ਹੋਣੀ ਆ ਉਹਦੇ 'ਤੇ 10% ਕੰਪਨੀ ਨੇ ਚਾਰਜਸ ਕੱਟਣੇ ਆ, ਅਤੇ 90% ਤੁਹਾਨੂੰ ਮਿਲਣਾ, 10% ਕੰਪਨੀ ਨੇ ਲੈਣਾ ਆ। ਫੋਰ ਐਗਜ਼ਾਮਪਲ, ਇਹ ਗੱਲਾਂ ਤੁਹਾਨੂੰ ਕਿਸੇ ਨੇ ਦੱਸਣੀਆਂ ਨਹੀਂ, ਮੈਂ ਤੁਹਾਨੂੰ ਕਲੀਅਰਲੀ ਗੱਲ ਸਾਰੀ ਦੱਸਦਾ ਹਾਂ। ਜਿੱਦਾਂ ਜੇਕਰ ਤੁਸੀਂ ਅਰਨਿੰਗ ਕਰਦੇ ਆ, ਮੰਨ ਲਓ ਕਿ ਮਹੀਨੇ ਦੀ ਤੁਸੀਂ 3000 ਯੂਰੋ ਅਰਨਿੰਗ ਕੀਤੀ ਆ, ਅਤੇ ਉਹਦੇ ਵਿੱਚ ਜਿਹੜਾ ਹੁੰਦਾ ਆ 200 ਯੂਰੋ ਹੁੰਦਾ ਆ ਰੈਂਟ ਦਾ, ਅਤੇ 300 ਲਾ ਲਓ ਆਪਣਾ ਸਕੂਟਰੀ ਦਾ, ਠੀਕ ਆ ਜੀ। ਅਤੇ ਜਿਹੜਾ ਟੈਕਸ ਹੁੰਦਾ ਆ, ਟੈਕਸ ਵੀ ਇੱਥੇ ਦੋ ਤਰ੍ਹਾਂ ਦੇ ਹੁੰਦੇ ਆ। ਜੇ ਤਾਂ ਬੰਦਾ 30 ਸਾਲ ਤੋਂ ਘੱਟ ਆ ਉਹਦਾ ਟੈਕਸ ਘੱਟ ਹੁੰਦਾ, ਜਿਹੜਾ 30 ਸਾਲ ਤੋਂ ਜ਼ਿਆਦਾ ਉਹਦਾ ਟੈਕਸ ਜ਼ਿਆਦਾ ਹੁੰਦਾ ਆ। ਅਤੇ 300
310 ਯੂਰੋ ਮੇਰੇ ਖਿਆਲ ਟੈਕਸ ਹੁੰਦਾ ਆ 30 ਸਾਲ ਤੋਂ ਉੱਪਰ ਵਾਲੇ ਦਾ, ਉਹ ਘੱਟ ਹੋਣਾ ਆ। ਉਸ ਤੋਂ ਬਾਅਦ ਤੁਹਾਡਾ ਮੈਡੀਕਲ ਇੰਸ਼ੋਰੈਂਸ ਅਤੇ ਸਿਮ ਕਾਰਡ ਦਾ ਘੱਟ ਹੋਣਾ ਆ। ਅਤੇ ਜਿੱਦਾਂ 3000 ਤੁਹਾਡੀ ਟੋਟਲ ਅਰਨਿੰਗ ਆ ਨਾ, ਉਹਦਾ 10% ਲਾ ਲਓ ਤੁਸੀਂ, 300 ਯੂਰੋ ਤੁਹਾਡੇ ਉਹ ਘੱਟ ਹੋ ਜਾਣੇ ਆ। ਕੁੱਲ ਮਿਲਾ ਕੇ ਜਿਹੜਾ ਆਪਾਂ ਕਹਿ ਲਈਏ ਕਿ 1100 ਯੂਰੋ ਜਿਹੜਾ ਆ ਉਹ ਕੰਪਨੀ ਨੇ ਤੁਹਾਡਾ ਕੱਟਣਾ ਆ। ਅਤੇ ਜੇਕਰ ਤੁਹਾਡੀ 3000 ਅਰਨਿੰਗ ਹੈ ਤਾਂ 1100, ਚਲੋ 1200 ਲਾ ਲਓ ਤੁਸੀਂ, 1100 ਲਾ ਕੇ ਚਲੋ, ਅਤੇ ਤੁਹਾਨੂੰ 1900 ਦੀ ਜਿਹੜੀ ਸੇਵਿੰਗ ਹੋ ਜਾਂਦੀ ਆ ਜੀ। ਅਤੇ ਉਹ ਤੁਸੀਂ ਆਪ ਡਿਸਾਈਡ ਕਰਨਾ ਆ ਕਿ ਤੁਸੀਂ ਕਮਿਸ਼ਨ 'ਤੇ ਕੰਮ ਕਰਨਾ ਜਾਂ ਸੈਲਰੀ ਬੇਸ 'ਤੇ ਕੰਮ ਕਰਨਾ ਆ। ਅਤੇ ਹੁਣ ਗੱਲ ਕਰਦੇ ਆ ਜੀ ਸਾਈਕਲ ਵਧੀਆ ਜਾਂ ਸਕੂਟਰੀ ਵਧੀਆ, ਉਹ ਤੁਸੀਂ ਆਪ ਡਿਸਾਈਡ ਕਰਨਾ ਕਿ ਕੀ ਵਧੀਆ ਤੁਹਾਡੇ ਲਈ। ਇਹਦੇ ਤੁਹਾਨੂੰ ਮੈਂ ਜੋ ਜੋ ਬੈਨੀਫਿਟਸ ਆ ਉਹ ਦੱਸ ਦਿੰਦਾ ਹਾਂ ਕਿ ਇਹਦੇ ਕੀ ਬੈਨੀਫਿਟਸ ਆ। ਜਿਹੜਾ ਸਾਈਕਲ ਹੈ ਉਹ 'ਤੇ ਇੱਦਾਂ ਹੁੰਦਾ ਆ ਕਿ ਡਿਲੀਵਰੀ ਜਿਹੜੀ ਆ ਨੇੜੇ ਦੀ ਪੈਂਦੀ ਆ, 2 ਜਾਂ 3 ਕਿਲੋਮੀਟਰ ਦੇ ਵਿੱਚ ਵਿੱਚ ਪੈਂਦੀ ਆ। ਉਹਦੇ 'ਚ ਤੁਹਾਨੂੰ ਪਰ ਡਿਲੀਵਰੀ ਦਾ 2-2.5 ਯੂਰੋ ਤੱਕ ਮਿਲ ਜਾਂਦਾ ਆ। ਅਤੇ ਉਹਦੇ 'ਤੇ ਤੁਸੀਂ ਜਿਹੜੀ ਸਾਈਕਲ 'ਤੇ ਡਿਲੀਵਰੀ ਜ਼ਿਆਦਾ ਲਗਾ ਸਕਦੇ ਆ। ਅਤੇ ਸਕੂਟਰੀ 'ਤੇ ਕੀ ਹੁੰਦਾ ਆ ਕਿ ਸਕੂਟਰੀ 'ਤੇ ਡਿਸਟੈਂਸ ਜ਼ਿਆਦਾ ਮਿਲਦੀ ਆ, ਜਿੱਦਾਂ 7-8 ਕਿਲੋਮੀਟਰ ਹੋ ਗਿਆ ਆ, 10 ਕਿਲੋਮੀਟਰ ਹੋ ਗਿਆ, ਇੱਦਾਂ ਹੀ ਤੁਹਾਨੂੰ ਡਿਲੀਵਰੀ ਮਿਲੇਗੀ। ਪਰ ਉੱਤੇ ਜਿਹੜਾ ਪਰ ਡਿਲੀਵਰੀ ਰੇਟ ਜਿਹੜਾ ਹੁੰਦਾ ਆ ਉਹ 5-7 ਯੂਰੋ ਵੀ ਮਿਲ ਜਾਂਦਾ ਆ, ਡਿਪੈਂਡ ਕਰਦਾ ਆ ਡਿਮਾਂਡ 'ਤੇ ਕਿੱਦਾਂ ਦੀ ਡਿਮਾਂਡ ਆ ਮੌਕੇ ਦੀ। ਅਤੇ ਉਹ 'ਤੇ ਡਿਲੀਵਰੀਜ਼ ਘੱਟ ਲੱਗਦੀਆਂ ਪਰ ਰੇਟ ਜ਼ਿਆਦਾ ਮਿਲਦਾ ਆ। ਜੇਕਰ ਸਾਈਕਲ 'ਤੇ ਤੁਸੀਂ ਡੇਲੀ ਦੀਆਂ 25 ਜਾਂ 30 ਡਿਲੀਵਰੀ ਲਾ ਸਕਦੇ ਆ, ਸਕੂਟਰੀ 'ਤੇ ਤੁਸੀਂ 15-20 ਤੱਕ ਹੀ ਲਗਾ ਸਕਦੇ ਆ। ਅਤੇ ਇੱਕ ਕੰਪਨੀਜ਼ ਵੱਲੋਂ ਬੋਨਸ ਹੁੰਦੇ ਆ ਡਿਲੀਵਰੀ ਟਾਰਗੇਟ ਪੂਰੇ ਕਰਨ ਦੇ। ਕੁਛ ਕੰਪਨੀ 'ਚ ਕੀ ਹੁੰਦਾ ਹੈ 125 ਆਪਾਂ ਪਰ ਵੀਕ ਦੀ ਕਰਦੇ ਹਾਂ ਤਾਂ 50 ਯੂਰੋ ਬੋਨਸ ਮਿਲਦਾ ਆ। ਅਗਰ ਆਪਾਂ ਕਰਦੇ ਆ 180 ਫਿਰ ਮਿਲਦਾ 80 ਯੂਰੋ ਬੋਨਸ, ਅਤੇ ਜੇ ਆਪਾਂ 225 ਕਰਦੇ ਆ ਫਿਰ 100 ਯੂਰੋ ਬੋਨਸ ਮਿਲਦਾ ਆ। ਅਤੇ ਇੱਕ ਬੋਨਸ ਹੁੰਦਾ ਆ ਮੰਥਲੀ ਮਹੀਨੇ ਦਾ, ਉਹਦੇ 'ਚ ਜੇ ਆਪਾਂ 650 ਡਿਲੀਵਰੀਜ਼ ਕਰਦੇ ਹਾਂ ਤਾਂ ਸਾਨੂੰ 200 ਯੂਰੋ ਬੋਨਸ ਮਿਲਦਾ ਆ ਜੀ। ਅਤੇ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀਆਂ ਲਾ ਸਕਦੇ ਆ। ਅਤੇ ਕਈ ਬੰਦੇ ਹੈਗੇ ਆ ਸਾਰੇ ਟਾਰਗੇਟ ਪੂਰੇ ਕਰਦੇ ਆ, ਅਤੇ ਕਈ ਜਿਹੜੇ ਨੇ 8 ਘੰਟੇ ਕੰਮ ਕਰਨਾ ਹੁੰਦਾ ਉਹ ਬੇਸਿਕ ਆਪਣੇ ਛੋਟੇ ਟਾਰਗੇਟ ਪੂਰੇ ਕਰਦੇ, ਵੱਡੇ ਟਾਰਗੇਟ ਨਹੀਂ ਪੂਰੇ ਕਰਦੇ ਹੈਗੇ। ਪਰ ਇਹਦੇ 'ਚ ਇੱਕ ਫਾਇਦਾ ਇਹ ਹੈ ਕਿ ਡਿਲੀਵਰੀ 'ਚ ਆਉਣ ਦਾ ਕਿ ਤੁਹਾਨੂੰ ਤੁਸੀਂ ਇੱਕ ਜਗ੍ਹਾ ਬਹਿ ਕੇ ਨਹੀਂ ਕੰਮ ਕਰਨਾ, ਕਿਸੇ ਦਫ਼ਤਰ ਜਾਂ ਕਿਸੇ ਫੈਕਟਰੀ 'ਚ ਤੁਸੀਂ ਆਪਣਾ ਸ਼ਹਿਰ ਘੁੰਮ ਸਕਦੇ ਆ, ਆਲਾ ਦੁਆਲਾ ਘੁੰਮ ਕੇ ਦੇਖ ਸਕਦੇ ਆ, ਕਿਉਂਕਿ ਤੁਹਾਡਾ ਡਿਲੀਵਰੀਆਂ ਦਾ ਕੰਮ ਹੈ, ਤੁਸੀਂ ਘੁੰਮਦੇ ਰਹਿਣਾ ਆ, ਬੰਦਾ ਬੋਰ ਨਹੀਂ ਹੁੰਦਾ, ਚੱਲਦਾ ਫਿਰਦਾ ਰਹਿੰਦਾ ਆ। ਅਤੇ ਇਹਦੇ 'ਚ ਫਾਇਦਾ ਜ਼ਰੂਰ ਹੈਗਾ ਆ। ਬਾਕੀ ਹਾਂ ਹਾਰਡਵਰਕ ਹੈਗਾ ਆ, ਮਿਹਨਤ ਬਹੁਤ ਕਰਨੀ ਪੈਂਦੀ ਹੈ ਕਿਉਂਕਿ ਸਾਰੀ ਦਿਹਾੜੀ ਸਕੂਟਰੀ ਚਲਾਉਣੀ ਜਾਂ ਸਾਈਕਲ ਚਲਾਉਣਾ ਕਿਹੜਾ ਸੌਖਾ ਆ, ਬੇਸ਼ੱਕ ਬੈਟਰੀ ਵਾਲੀ ਆ ਸਾਈਕਲ ਵੀ, ਲੇਕਿਨ ਫਿਰ ਵੀ ਥੱਕ ਹੋ ਜਾਂਦਾ ਬੰਦੇ ਦਾ। ਅਤੇ ਬਾਕੀ ਵੀਰੇ ਇੱਥੇ ਨਾ 3 ਮੇਨ ਕੰਪਨੀਆਂ ਆ ਫੂਡ ਡਿਲੀਵਰੀ ਦੀਆਂ। ਇੱਕ ਹੈਗੀ ਆ ਵੋਲਟ, W ਤੋਂ ਸ਼ੁਰੂ ਹੁੰਦੀ ਜਿਹੜੀ ਆ ਮੇਰੀ ਆ। ਇੱਕ ਹੈਗੀ ਆ ਗਲੋਬੋ ਦੀ, ਦਾ ਪਿੱਛੇ ਸਕੂਟਰੀ ਖੜੀ ਆ, ਆਹ ਦੇਖੋ ਗਲੋਬੋ ਦੀ ਆ ਇਹ ਆ ਜਿਹੜੀ। ਅਤੇ ਇੱਕ ਹੈਗੀ ਆ ਬੋਲਟ, B ਤੋਂ ਸ਼ੁਰੂ ਹੁੰਦੀ ਆ, BOLT ਬੋਲਟ ਫੂਡ। ਅਤੇ ਜਿਹੜੀ ਬੋਲਟ ਹੈ ਨਾ ਉਹਦੀ ਟੈਕਸੀ ਦਾ ਕੰਮ ਵੀ ਹੈਗਾ, ਫੂਡ ਡਿਲੀਵਰੀ ਦਾ ਵੀ ਕੰਮ ਹੈਗਾ ਆ। ਅਤੇ ਸਾਰਿਆਂ ਦਾ ਆਪਣਾ ਵੱਖਰਾ ਵੱਖਰਾ ਹਿਸਾਬ ਕਿਤਾਬ ਹੈ। ਜਿੱਦਾਂ ਸਾਡੀ ਵੋਲਟ ਹੈ ਅਤੇ ਅਸੀਂ ਕਿਸੇ ਵੀ ਟਾਈਮ ਲੌਗਇਨ ਕਰ ਸਕਦੇ ਹਾਂ, ਐਨੀ ਟਾਈਮ ਉੱਠ ਕੇ ਕੰਮ ਕਰ ਸਕਦੇ ਹਾਂ, ਐਨੀ ਟਾਈਮ ਆਪਣਾ ਐਪਲੀਕੇਸ਼ਨ ਆਫਲਾਈਨ ਕਰਕੇ ਘਰ ਜਾ ਸਕਦੇ ਹਾਂ। ਲੇਕਿਨ ਜਿਹੜੀ ਗਲੋਬੋ ਆ ਅਤੇ ਬੋਲਟ ਆ ਉਹਦੇ ਵਿੱਚ ਕੀ ਹੁੰਦਾ ਕਿ ਸਲੋਟਾਂ ਲੈਣੀਆਂ ਪੈਂਦੀਆਂ ਆ। ਜਿੱਦਾਂ ਸਵੇਰ ਦੀਆਂ ਸਲੋਟਾਂ ਲੈ ਲਈਆਂ, ਸ਼ਾਮ ਦੀਆਂ ਸਲੋਟਾਂ ਲੈ ਲਈਆਂ, 4-4, 5-5 ਘੰਟੇ ਦੇ ਜਿੰਨਾ ਤੁਸੀਂ ਕਰਨਾ ਉਨਾ ਤੁਹਾਨੂੰ ਸਲੋਟ ਬੁੱਕ ਕਰਨੀ ਪੈਣੀ ਆ। ਅਤੇ ਉਹਦੇ ਵਿੱਚ ਤੁਸੀਂ ਘਰ ਨਹੀਂ ਜਾ ਸਕਦੇ, ਆਫਲਾਈਨ ਨਹੀਂ ਹੋ ਸਕਦੇ। ਇਨ ਕੇਸ ਅਗਰ ਕੋਈ ਐਮਰਜੈਂਸੀ ਹੁੰਦੀ ਹੈ ਫਿਰ ਤਾਂ ਚਲੋ ਠੀਕ ਆ, ਉੱਦਾਂ ਤੁਸੀਂ ਆਫਲਾਈਨ ਨਹੀਂ ਹੋ ਸਕਦੇ। ਜੇ ਆਫਲਾਈਨ ਹੁੰਦੇ ਆ ਤਾਂ ਤੁਹਾਡੀ ਰੇਟਿੰਗ ਘੱਟ ਜਾਂਦੀ ਆ ਅਤੇ ਤੁਹਾਨੂੰ ਫਿਰ ਔਡਰ ਜਿਹੜੇ ਆਉਣੇ ਘੱਟ ਹੋ ਜਾਂਦੇ ਆ। ਗਲੋਬੋ 'ਚ ਇਹ ਹੈ ਕਿ ਰੇਟ ਵਧੀਆ ਮਿਲਦਾ ਹੈ ਵੋਲਟ ਨਾਲੋਂ, ਬਟ ਉਹਦੇ 'ਚ ਥੋੜ੍ਹੀਆਂ ਪਾਬੰਦੀਆਂ ਜ਼ਿਆਦਾ ਆ, ਇਸ ਕਰਕੇ ਆਪਾਂ ਵੋਲਟ ਸਿਲੈਕਟ ਕੀਤੀ ਆ। ਵੋਲਟ ਵਧੀਆ ਆ, ਜਦੋਂ ਆਪਣਾ ਦਿਲ ਕਰਦਾ ਅਸੀਂ ਲੌਗਇਨ ਕਰ ਲਈਦਾ, ਜਦੋਂ ਦਿਲ ਕਰਦਾ ਆਫਲਾਈਨ ਕਰਕੇ ਘਰ ਚਲ ਜਾਈਦਾ ਰੋਟੀ ਪਾਣੀ ਖਾਣ। ਅਤੇ ਇੱਥੇ ਮੈਕਸੀਮਮ ਕੀ ਕਰਦੇ ਆ ਮੁੰਡੇ, ਸਵੇਰੇ 9 ਵਜੇ ਜਾਂਦੇ ਆ,
ਅਤੇ 2:30 ਵਜੇ ਤੱਕ ਲਾਉਂਦੇ ਆ। ਉਸ ਤੋਂ ਬਾਅਦ ਆ ਕੇ ਆਪਣਾ ਦੁਪਹਿਰ ਦਾ ਰੋਟੀ ਪਾਣੀ ਖਾਣਾ ਅਤੇ ਉਸ ਤੋਂ ਬਾਅਦ ਸ਼ਾਮੀ ਅਸੀਂ 5 ਵਜੇ ਜਾਈਦਾ ਆ, 5:30-5 ਵਜੇ, ਅਤੇ ਫਿਰ ਰਾਤ 11-12 ਵਜੇ ਤੱਕ ਵੀ ਕੰਮ ਕਰ ਲਈਦਾ ਆ, ਕਿਉਂਕਿ ਰਾਤ ਨੂੰ ਜਿਹੜਾ ਆ ਡਿਮਾਂਡ ਜ਼ਿਆਦਾ ਹੁੰਦੀ ਆ ਕੰਮ ਦੀ। ਅਤੇ ਉਹ ਤੁਹਾਡੀ ਆਪਣੀ ਇੱਛਾ ਆ ਕਿ ਤੁਸੀਂ ਕਿੰਨਾ ਕਰ ਸਕਦੇ ਆ, ਅਤੇ ਮੈਕਸੀਮਮ 11-12 ਘੰਟੇ ਤੁਸੀਂ ਕੰਮ ਕਰ ਸਕਦੇ ਆ ਇੱਥੇ, ਅਤੇ ਵਧੀਆ ਇਨਕਮ ਕਰ ਸਕਦੇ ਆ ਅਰਨ। ਅਤੇ ਜੇ ਉਹੀ 8-10 ਘੰਟੇ ਕੰਮ ਕਰਨਾ ਆ ਤਾਂ ਉਹ ਜਿੱਦਾਂ ਕਹਿ ਲਈਏ ਨਾ ਕਿ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਆ, ਜਿੰਨੀ ਜ਼ਿਆਦਾ ਮਿਹਨਤ ਕਰਾਂਗੇ ਉਨਾ ਜ਼ਿਆਦਾ ਫਲ ਮਿਲਣਾ ਆ, ਉਨੀ ਜ਼ਿਆਦਾ ਜਿਹੜੀ ਇਨਕਮ ਹੋਣੀ ਆ, ਅਤੇ ਵਧੀਆ ਇਨਕਮ ਬਣ ਜਾਂਦੀ ਆ ਇੱਥੇ। ਬਾਕੀ ਵੀਰੇ ਚੈਨਲ ਸਪੋਰਟ ਕਰ ਦਿਓ ਜੀ, ਕਿਉਂਕਿ ਮੇਰੀ ਸਕੂਟਰੀ ਲੱਗਦਾ ਰੈਡੀ ਹੋ ਗਈ ਆ, ਅਤੇ ਆਪਾਂ ਹੁਣ ਕਰਕੇ ID ਲੌਗਇਨ ਅਤੇ ਪਾਈਏ ਚੱਲੇ ਜੋਨ ਵੱਲ ਨੂੰ। ਬਾਕੀ ਜੇ ਤੁਹਾਡੇ ਕੋਲ ਇੰਡੀਆ ਦਾ ਚਿੱਪ ਵਾਲਾ ਲਾਇਸੈਂਸ ਹੈਗਾ ਆ, ਫਿਰ ਤੁਸੀਂ ਸਕੂਟਰੀ ਇੱਥੇ ਚਲਾ ਸਕਦੇ ਆ ਬਿਨਾਂ ਕਰੋਸ਼ੀਆ ਦੇ ਲਾਇਸੈਂਸ ਤੋਂ ਵੀ 6 ਮਹੀਨੇ ਦੇ ਲਈ, ਸੋਰੀ ਸਾਲ ਦੇ ਲਈ, ਅਤੇ 6 ਮਹੀਨੇ ਦੇ ਬਾਅਦ ਆਪਣਾ ਇੰਡੀਅਨ ਲਾਇਸੈਂਸ ਇੱਥੇ ਕਨਵਰਟ ਕਰਾ ਸਕਦੇ ਆ ਬਿਨਾਂ ਕਿਸੇ ਟੈਸਟ ਤੋਂ। ਅਤੇ ਜੇਕਰ ਤੁਹਾਡੇ ਕੋਲ ਲਾਇਸੈਂਸ ਨਹੀਂ ਆ ਤਾਂ ਫਿਰ ਤੁਸੀਂ ਜਿਹੜਾ ਸਾਈਕਲ ਯੂਜ਼ ਕਰ ਸਕਦੇ ਆ, ਤੁਹਾਨੂੰ ਸਾਈਕਲ ਮਿਲੇਗਾ ਕੰਪਨੀ ਵੱਲੋਂ ਬੈਟਰੀ ਵਾਲਾ। ਅਤੇ ਜੇ ਤਾਂ ਲਾਇਸੈਂਸ ਹੈਗਾ ਉਹਦਾ ਬਹੁਤ ਪਲੱਸ ਪੁਆਇੰਟ ਹੈ, ਉਹ ਨਾਲ ਆਪਣਾ ਜ਼ਰੂਰ ਲੈ ਕੇ ਆਇਓ ਇੱਥੇ। ਬਾਕੀ ਬਾਈ ਮੈਂ ਆਪਣਾ ਦੇਖੋ ਕਿੰਨਾ ਟਾਈਮ ਕੱਢ ਕੇ ਵੀਡੀਓ ਬਣਾ ਰਿਹਾ ਹਾਂ, ਵੀਡੀਓ ਵੀਰੇ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਸਪੋਰਟ ਕਰ ਦਿਆ ਕਰੋ ਵੀਰੇ ਚੈਨਲ ਨੂੰ, ਕਿਉਂਕਿ ਬਹੁਤ ਔਖਾ ਹੁੰਦਾ ਟਾਈਮ ਕੱਢਣਾ ਇੱਥੇ, ਤੁਹਾਨੂੰ ਪਤਾ ਹੀ ਆ ਕਿ ਬੰਦਾ ਜਦੋਂ ਪੈਸੇ ਢਿੱਲੇ ਚੱਕ ਕੇ ਆਉਂਦਾ ਆ ਤਾਂ ਫਿਰ ਬੰਦਾ ਇਹ ਸੋਚਦਾ ਕਿ ਯਾਰ ਜ਼ਿਆਦਾ ਜ਼ਿਆਦਾ ਕੰਮ ਕਰਕੇ ਤਾਂ ਛੇਤੀ ਛੇਤੀ ਆਪਣਾ ਪੈਸਾ ਢਿੱਲਾ ਲਈਏ, ਹੈ ਨਾ। ਅਤੇ ਫਿਰ ਵੀ ਚਲੋ ਮੈਂ ਟਾਈਮ ਕੱਢ ਕੇ ਥੋੜ੍ਹੀ ਜਿੰਨੀ ਕੁ ਜਾਣਕਾਰੀ ਮੈਨੂੰ ਹੈਗੀ ਆ ਮੈਂ ਸ਼ੇਅਰ ਕਰ ਦਿੰਦਾ ਹਾਂ, ਤਾਂ ਕਿ ਜੇ ਕੋਈ ਆਪਣਾ ਨਵਾਂ ਬੰਦਾ ਆਉਂਦਾ ਤਾਂ ਉਹਨੂੰ ਇੱਥੇ ਆ ਕੇ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ, ਜੋ ਬੇਸਿਕ ਜਾਣਕਾਰੀ ਸਾਰੀ ਜਿਹੜੀ ਉਹਨੂੰ ਪਹਿਲਾਂ ਹੀ ਪਤਾ ਲੱਗ ਜਾਵੇ। ਅਤੇ ਬਾਕੀ ਬਾਈ ਇੱਥੇ ਜਿਹੜੀ ਸਕੂਟਰੀ ਸਕਾਟੀ ਚਲਾਉਣੀ ਆ, ਰੂਲ ਰਾਲ ਫੋਲੋ ਕਰਨੇ ਪੈਂਦੇ ਆ, ਰੂਲਾਂ ਦੇ ਹਿਸਾਬ ਨਾਲ ਚਲਾਉਣੀ ਆ, ਆਪਣੇ ਇੰਡੀਆ ਵਾਂਗ ਨਹੀਂ ਇੱਥੇ ਹੈਗਾ ਕਿ ਇੱਧਰ ਨੂੰ ਕੱਟ ਮਾਰਤਾ ਉੱਧਰ ਨੂੰ ਨਿਕਲ ਕੇ ਗਲੀਆਂ 'ਚ ਵੜ ਕੇ ਇੱਧਰ ਵੜ ਗਏ, ਜਿੱਦੇ ਜੋ ਲੇਨਾਂ ਹੈਗੀਆਂ ਲੇਨਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਆ, ਜਿੱਥੇ ਤੀਰ ਤੂਰ ਵੱਜੇ ਹੁੰਦੇ ਆ ਉੱਧਰ ਨੂੰ ਮੁੜਨਾ ਆ। ਅਤੇ ਅਸੀਂ ਗਲਤ ਤੀਰ ਤੋਂ ਜਿੱਦਾਂ ਮੰਨ ਲਓ ਜੇ ਤੀਰ ਸੱਜੇ ਪਾਸੇ ਨੂੰ ਉੱਥੋਂ ਸਿੱਧਾ ਨਹੀਂ ਜਾ ਸਕਦੇ, ਫਾਈਨ ਬੜੇ ਵੱਡੇ ਵੱਡੇ ਇੱਥੇ, ਉਹ ਵੀ ਧਿਆਨ ਦੇ ਕੇ ਅਸੀਂ ਆਪਣਾ ਕੰਮ ਕਰਨਾ ਆ ਇੱਥੇ ਆ ਕੇ। ਬਾਕੀ ਮੈਂ ਆਇਆ ਸੀਗਾ ਇੱਥੇ ਵਰਕਸ਼ਾਪ, ਕਿਉਂਕਿ ਮੇਰੀ ਸਕੂਟਰੀ 'ਚ ਥੋੜ੍ਹਾ ਜਿਹਾ ਫੋਲਟ ਆ ਅਤੇ ਮੈਂ ਉਹ ਰਿਪੇਅਰ ਕਰਵਾਉਣ ਆਇਆ ਹੋਇਆ ਹਾਂ, ਅਤੇ ਉਹ ਕਰ ਰਹੇ ਆ ਮਕੈਨਿਕ ਲੱਗੇ ਹੋਏ ਆ ਕਰਨ। ਅਤੇ ਚਲੋ ਠੀਕ ਹੈ ਜੀ, ਮਿਲਦੇ ਹਾਂ ਜੀ ਕਿਸੇ ਨੈਕਸਟ ਵਲੌਗ 'ਚ, ਆਈ ਹੋਪ ਕਿ ਜਾਣਕਾਰੀ ਵਧੀਆ ਲੱਗੀ ਹੋਵੇਗੀ। ਅਤੇ ਠੀਕ ਹੈ ਜੀ ਫਿਰ, ਚੰਗਾ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।